ਇੱਥੇ ਬਣਾਓ ਇੱਥੇ ਬਣਾਓ ਜੀ ਕਹਦੇ ਆਹੀ ਆ ਰਹੀ ਯਾਰ ਕਹਦੇ ਬੰਦਾ ਨਾ ਯਾਰ ਰੇਟ ਦੱਸ ਦੇ ਕਿੰਨੇ ਦਾ ਵੇਚੀ ਹੈ ਜੀ ਕਿੰਨੇ ਦੇ ਵੇਚੀ ਹੈ ਜੀ ਡੇਢ ਲੱਖ ਨੰਬਰਦਾਰਾ ਨੰਬਰਦਾਰ ਉਂਝ ਥੱਕੇ ਪੈਣ ਜੀ ਲਓ ਜੀ ਮਾਸ਼ਾਅੱਲਾ ਅੱਗੇ ਥੋੜਾ ਜਿਹਾ ਹੋਇਆ ਜੀ ਹਾਂਜੀ ਆਪ ਮੰਡੀ ਦਾ ਸਰਦਾਰ ਯਕੀਨ ਕਰ ਦੋ ਹੋਰ ਫਿੱਟ ਫਾਟ ਠੀਕ ਮੈਂ ਕਿਹਾ ਯਾਰ ਆਪਦ ਕੋਲ ਚੱਲ ਬੁਕਰਾ ਘੋੜਾ ਵੇਚਿਆ ਕਰਾਚੀ ਦੇ ਲੈ ਗਏ ਸਾਡੇ ਤੇ ਆਪਦ ਆਪਣੇ ਸਰ ਮਾਲ ਖੜਾ ਚੱਲ ਖਲੋ ਫਿਰ ਲਓ ਜੀ ਆਪਦ ਆਇਆ ਜੀ ਆਪਦ ਆ ਗਿਆ ਤੇ ਆਪਦ ਛਾ ਗਿਆ ਹਾਂ ਆਪਦ ਕਿੰਨੇ ਪੈਸੇ ਦਿੰਦੇ ਤੇ ਉਮਰ ਕਿੰਨੀ ਹੁੰਦੀ ਸ਼ੁਰੂ 5 ਸਾਲ ਤੇ ਗੱਬਨ ਗੁੱਬਨ ਨੇ ਗਾਰੰਟੀ ਠੀਕ ਅੱਗੇ ਆ ਜਾਓ ਆਬਦ ਕਿੰਨੇ ਦੇ ਵਿੱਚ ਹੈ ਲਾਹੌਰ ਦੀ ਪਾਰਟੀ ਹੈ ਲਾਹੌਰ ਦੀ ਪਾਰਟੀ ਕਰਾਚੀ ਲੈ ਕੇ ਚੱਲੇ ਨੇ ਕਿੰਨੇ ਦੇ ਵਿੱਚ ਹੈ ਜੀ 3.5 ਦਾ ਉਮਰ ਕਿੰਨੀ ਹੈ ਅੱਛਾ ਨੇਜ਼ਾਬਾਦ ਕਿ ਡਾਂਸਰ ਡਾਂਸਰ ਲਓ ਜੀ ਡਾਂਸਰ ਹੈਗਾ ਜੀ ਆਪਦ ਬਲੋਚ ਕੋਲ 3.5 ਲੱਖ ਦਾ ਠੀਕ ਹੈ ਕਰਾਚੀ ਦੀ ਪਾਰਟੀ ਜਨਾਬ ਲੈ ਕੇ ਗਈ ਜੇ ਅਤੇ ਕਰਾਚੀ ਮਾਸ਼ਾਅੱਲਾ ਚੱਲਿਆ ਜੇ ਨੁਕਰਾ ਘੋੜਾ ਅਤੇ ਤੁਸੀਂ ਵੀ ਅਗਰ ਕੋਈ ਨੁਕਰਾ ਲੈਣਾ ਹੋਵੇ ਤਾਂ ਆਪਦ ਨਾਲ ਰਾਬਤਾ ਤੁਸੀਂ ਕਰ ਸਕਦੇ ਜੇ ਮਾਸ਼ਾਅੱਲਾ ਖੂਬਸੂਰਤ ਜਾਨਵਰ ਨੇ ਜਨਾਬ ਆਪਦ ਕੋਲ ਇਹ ਸਾਰੇ ਜਿੰਨੇ ਜਾਨਵਰ ਖਲੋਤੇ ਨੇ ਇਹ ਜਨਾਬ ਸਾਰੇ ਇਹ ਆਪਦ ਕਿੰਨੇ ਪੈਸੇ ਇਹਦੇ ਕਿੰਨੇ ਪੈਸੇ ਆਪਦ 2.5 ਲੱਖ ਠੀਕ ਹੋ ਗਿਆ 2.5 ਲੱਖ ਰੁਪਇਆ ਜਨਾਬ ਇਹ ਨੁਕਰੀ ਕੋੜੀ ਦਾ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਜੇ ਤਾਂ ਮੰਡੀ ਦੇ ਵਿੱਚ ਆ ਕੇ ਆਪਦ ਨੂੰ ਜਨਾਬ ਮਿਲ ਸਕਦੇ ਜੇ ਫੋਨ ਨੰਬਰ ਇਨਸ਼ਾਅੱਲਾ ਇਹਨਾਂ ਦੇ ਕੋਲੇ ਤੇ ਕਿੰਨੀ ਤਰੀਕ ਨੂੰ ਲੱਗ ਰਹੀ ਹੈ ਸਵੇਰੇ ਮੰਡੀ ਸ਼ੁਰੂ ਹੈ ਲਓ ਜਨਾਬ 13 ਤਰੀਕ ਵਾਲੀ ਜਿਹੜੀ ਨਾ ਸਵੇਰੇ 11 ਤਰੀਕ ਨੂੰ ਨਿੰਮੂ ਵਾਲੇ ਮੰਡੀ ਚਾਲੂ ਹੈ ਤੇ ਜਾਓਗੇ ਤੁਸੀਂ ਤੇ ਇਹ ਜਾਨਵਰ ਸਾਰੇ ਉੱਥੇ ਜਾਣਗੇ ਲਓ ਜਨਾਬ ਇਹ ਸਾਰੇ ਜਾਨਵਰ ਜਿੰਨੇ ਤੁਹਾਨੂੰ ਵਿਖਾਉਂਦੇ ਪਏ ਜੇ ਇਹ ਅਗਰ ਤੁਸੀਂ ਲੈਣੇ ਹੋਣ ਤੇ ਹੁਣੇ ਵੀ ਇਹਦੇ ਨਾਲ ਗੱਲ ਕਰਕੇ ਸਵੇਰੇ ਨਿੰਮੂ ਵਾਲੇ ਮੁਲਾਕਾਤ ਹੋ ਸਕਦੀ ਹੈ ਲਓ ਜਨਾਬ ਇਹਦਾ ਦੱਸੋ ਜੀ ਬਿਸਮਿਲ੍ਲਾ ਜਨਾਬ ਇਹਦਾ ਜਨਾਬ ਦੱਸੋ ਕਿੰਨੇ ਪੈਸੇ ਜੇ ਬਾਬਾ ਨਿਵਾਜ਼ ਦੇ ਦੁਆਖ ਚਾਰ ਦਿਆਨ ਹੈ ਕੱਕੇ ਰੰਗ ਦੇ ਠੀਕ ਹੋ ਗਿਆ ਨਾਂਗੇ ਵਾਲੇ ਬਰਸਾਤ ਘੋੜੇ ਦੀ ਬੱਚੀ ਹੈ ਠੀਕ ਹੈ ਤੇ ਇਹਦਾ 2.5 ਲੱਖ ਰੁਪਇਆ ਮੰਗਣਾ 2.5 ਲੱਖ ਰੁਪਇਆ ਤੇ ਕੱਦ ਕਿੰਨਾ ਕੁ ਹੈਗਾ ਕੱਦ ਦੇ ਤਕਰੀਬਨ ਹੈ 57 ਹੈ ਕੋਰੀ ਬਿਲਕੁਲ ਜੀ ਹਾਂ ਠੀਕ ਹੈ ਤੇ ਇਹਦਾ ਫਾਈਨਲ ਪਿਆਰ ਮੁਹੱਬਤ ਕਰਕੇ ਕਿੰਨੇ ਪੈਸੇ ਨੇ ਪਿਆਰ ਮੁਹੱਬਤ ਕਰਕੇ ਉਤਲੇ 50 ਡਾਲੇ ਦਾ ਕਿਰਾਇਆ ਛੱਡ ਦੇ ਕੀ ਬਾਤ ਲਓ ਜੀ ਆਓ ਜੀ ਅੱਗੇ ਆਓ ਬਿਸਮਿਲ੍ਲਾ ਲਓ ਜੀ ਮਾਸ਼ਾਅੱਲਾ ਬਹੁਤ ਸੋਹਣੀ ਘੋੜੀ ਹੈ ਜੀ ਕੱਦ ਕਾਠ ਵਾਲੀ ਪੈਰ ਵਾਲੀ ਡਬਲ ਬਾਡੀ ਦੀ ਘੋੜੀ ਇੱਕ ਆ ਗਈ ਜੀ ਆ ਵੇਖੋ ਮੁਸ਼ਕੇ ਰੰਗ ਦੀ ਉਮਰ ਇਹਦੀ 4 ਸਾਲ ਅੱਛਾ ਜੀ ਇਹ ਮੁਸ਼ਕੇ 5 ਕਲਿਆਣ ਨੇ 5 ਕਲਿਆਣ ਜੀ ਘੋੜੀ ਜੇ ਤੇ 4 ਸਾਲ ਇਹਦੀ ਉਮਰ ਜੇ ਤੇ ਆਬਦ ਬਲੋਚ ਕੋਲੇ ਜਨਾਬ ਡਬਲ ਬਾਡੀ ਦੀ ਘੋੜੀ ਹੈਗੀ ਜੇ ਕੱਦ ਆਵਰ ਘੋੜੀ ਹੈ ਤੇ ਜਨਾਬ ਇਹ ਬਰੀਡਿੰਗ ਤੇ ਲੱਗ ਸਕਦੀ ਹੈ ਕਿ ਲੱਗੀ ਹੋਈ ਹੈ ਲੱਗ ਸਕਦੀ ਹੈ ਬਿਲਕੁਲ ਤੇ ਇਹਦੇ ਆਬਦ ਕਿੰਨੇ ਪੈਸੇ ਨੇ ਇਹਦਾ 3 ਲੱਖ 3 ਲੱਖ ਰੁਪਇਆ ਫਾਈਨਲ 3 ਲੱਖ ਰੁਪਇਆ ਜਨਾਬ ਫਾਈਨਲ ਹੈਗਾ ਜੇ ਜੇਕਰ ਤੁਸੀਂ ਘੋੜੀ ਲੈਣੀ ਹੈ ਜਾਂ ਵੇਖਣੀ ਹੈ ਤੇ ਸਵੇਰੇ ਜਿਹੜਾ ਨਿੰਮੂ ਵਾਲੇ ਆਓ ਤੁਸੀਂ ਤੇ ਘੋੜੀ ਜਿਹੜੀ ਤੁਹਾਨੂੰ ਉੱਥੇ ਇਨਸ਼ਾਅੱਲਾ ਮਿਲ ਜਾਏਗੀ ਤੇ ਅਗਲੀ ਜਾਨਵਰ 'ਚ ਵਿਖਾਉਣੇ ਆ ਤੇ ਜਿਹੜੇ ਜਾਨਵਰ ਇਹ ਹੁਣ ਤੱਕ ਜਿੰਨੇ ਇਸ ਵੀਡੀਓ ਦੇ ਵਿੱਚ ਵਿਖਾਏ ਨੇ ਸਾਰੇ ਜਾਨਵਰ ਆਬਦ ਬਲੋਚ ਦੇ ਨੇ ਤੇ ਇਨਸ਼ਾਅੱਲਾ ਤਾਲਾ ਸਵੇਰੇ ਸਾਰੇ ਜਾਨਵਰ ਨਿੰਮੂ ਵਾਲੇ ਮੰਡੀ ਜਿਹੜੀ ਫੈਸਲਾਬਾਦ ਦੀ ਸ਼ਟਰਿੰਗ ਦੇ ਥੱਲੇ ਹੁੰਦੀ ਹੈ ਉਹ ਉੱਥੇ ਲੱਗੇਗੀ ਤੇ ਲਓ ਜਨਾਬ ਤੁਸੀਂ ਵਿਜ਼ਿਟ ਕਰ ਸਕਦੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਜਾਂ ਲਾਈਕ ਕਰਿਆ ਜਾਂ ਵੀਡੀਓ ਨੂੰ ਤੇ ਇਹ ਅਗਲਾ ਜਾਨਵਰ ਅਸੀਂ ਆਬਦ ਕੋਲੋਂ ਤੁਹਾਨੂੰ ਵਿਖਾਉਂਦੇ ਪਏ ਆਬਦ ਇਹਦੇ ਕਿੰਨੇ ਪੈਸੇ ਨੇ ਇਹਦਾ 1.5 ਲੱਖ ਰੁਪਇਆ ਠੀਕ ਹੈ ਉਮਰ ਇਹਦੀ ਕਿੰਨੀ ਆਬਦ ਬਸ ਇਹ ਅਖੀਰਲਾ ਜਾਨਵਰ ਤੇਰੇ ਕੋਲ ਆ ਜਾਓ ਫਿਰ ਅਖੀਰਲੇ ਤੇ ਆ ਜਾਓ ਇਹਦੇ ਕਿੰਨੇ ਪੈਸੇ ਜਨਾਬ ਦੁਆਕ 4 ਇਹਦਾ ਵੀ 1.5 ਲੱਖ ਰੁਪਇਆ ਠੀਕ ਹੈ ਤੇ ਇਹ ਵੀ ਕੋਈ ਖੇਡ ਦੀ ਖੂਡ ਦੀ ਹੈ ਜਾਂ ਅੱਛਾ ਨੰਬਰ ਦੱਸੋ ਆਬਦ ਭਾਈ ਆਪਦਾ 0344-79-83-285 ਲਓ ਜੀ ਇਹ ਵਟਸਐਪ ਵੀ ਇਹੋ ਨੰਬਰ ਹੈ ਵਟਸਐਪ ਦਾ ਜੀ ਹੋਰ ਨੰਬਰ ਹੈ ਅਗਰ ਤੁਸੀਂ ਕੋਈ ਤਸਵੀਰਾਂ ਵੀ ਮੰਗਾਉਣਾ ਚਾਹੋ ਆਪਣੇ ਤੌਰ ਦੇ ਉੱਤੇ ਤੇ ਜਨਾਬ ਆਬਦ ਕੋਲੋਂ ਤੁਸੀਂ ਜਾਨਵਰਾਂ ਦੀਆਂ ਤਸਵੀਰਾਂ ਵੀ ਮੰਗਾ ਸਕਦੇ ਜੇ ਤੇ ਇਹ ਜਿਹੜੇ ਜਾਨਵਰ ਇੱਕ ਵਾਰੀ ਫਿਰ ਤੁਹਾਨੂੰ ਵਿਖਾ ਦਿਆਂ ਇਹ ਸਾਰੇ ਜਾਨਵਰ ਇਹ ਜਨਾਬ ਇਸ ਉਹ ਜਿਹੜਾ ਪਿੱਛੇ ਘੋੜਾ ਤੁਹਾਨੂੰ ਮੈਂ ਦਿਖਾਉਣਾ ਇਹ ਘੋੜਾ ਵੀ ਕਰਾਚੀ ਚੱਲਿਆ ਜੇ ਤੇ ਇਹ ਜਿਹੜਾ ਨੁਕਰਾ ਹੈਗਾ 3.5 ਲੱਖ ਰੁਪਏ ਦਾ ਇਹ ਵੀ ਕਰਾਚੀ ਚੱਲਿਆ ਜੇ 3 ਲੱਖ ਦੀ 3 ਲੱਖ ਦੀ
तो लो जनाब वीडियो अच्छी लगी हो तो लाइक एंड शेयर जरूर कीजिएगा। इजाजत चाहते जनाब, अल्लाह हाफिज़ फीमा।